ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਗਦੇਵ ਖੁਰਦ, ਤਹਿਸੀਲ ਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚ 1 ਗੱਭਣ ਆ ਅਤੇ 2 ਸੂਈਆਂ ਵਾ। 1 ਬਿਲਕੁਲ ਹੁਣੇ ਸੂਈ ਆ, ਜੇਰ ਵੀ ਜਿਹੜੀ ਇਹਨੇ ਪ੍ਰੋਪਰ ਪਾਤੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾ, ਠੀਕ ਠਾਕ ਜੀ? ਵਧੀਆ ਵਧੀਆ ਵੀਰ ਜੀ, ਕਿਰਪਾ। ਚਲੋ ਵਧੀਆ, ਕਿਰਪਾ ਚਾਹੀਦੀ ਆ। ਵਿਕ ਗਿਆ ਮਾਲ ਕੱਲ ਵਾਲਾ? ਫਿਰ ਕੱਲ ਵਾਲਾ ਤੇ ਮਾਲ ਵਿਕ ਗਿਆ ਹੀ, ਅੱਧੇ ਘੰਟੇ ਪੌਣੇ ਚ ਵਿਕ ਗਿਆ ਸੀ। ਠੀਕ ਆ। ਹਾਂਜੀ ਹਾਂਜੀ, ਨਵਾਂ ਸਾਲ ਲੱਗ ਗਿਆ, ਆ ਗਿਆ, ਲਾ ਦਈਏ ਆਫਰ ਉੱਪਰ ਅੱਜ ਫਿਰ। ਹਾਂਜੀ ਹਾਂਜੀ, ਆਫਰ ਅੱਜ ਲਾ ਦਈਏ ਕਿ। ਠੀਕ ਆ। ਹਾਂਜੀ ਚਲੋ ਫਿਰ, ਨਾਮ ਦੱਸ ਦੇ ਕਰੀ ਆਪਣਾ। ਨਾਮ ਪ੍ਰੇਮ ਸਿੰਘ, ਪਿੰਡ ਜਗਦੇਵ ਖੁਰਦ, ਤਹਿਸੀਲ ਇਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ ਜੀ, ਤੇ ਫੋਨ ਨੰਬਰ ਵੀ ਬੋਲ ਦੇ ਇੱਕ 95012-96185। ਠੀਕ ਆ, ਕਰੀਏ ਫਿਰ ਸ਼ੁਰੂਆਤ, ਤਾਜ਼ੀ ਸੂਈ ਤੋਂ ਹੀ ਆਪਾਂ ਕਰਨੀ ਆ। ਆ ਵੇਖੋ ਵੀਰ ਜੀ, ਹੁਣੇ ਅਜੇ ਵਿੱਚ ਸੂਈ ਆ। ਨਿਆਣੇ ਵੀ ਟਾਈਮ ਨਾਲ ਹੀ ਉੱਠ ਕੇ ਆ ਗਏ ਆ ਵੀਡੀਓ ਵੇਖਣ। ਆਹ ਵੇਖੋ, ਛੁੱਟੀਆਂ ਪਈਆਂ ਨਿਆਣਿਆਂ ਨੂੰ ਤੇ ਹੁਣ ਅੱਜ ਫਿਰ ਗੁਰਦੁਆਰੇ ਪ੍ਰੋਗਰਾਮ ਹੀ ਨਾ ਅੱਜ ਨਿਆਣਿਆਂ ਨੂੰ ਇਹ ਜੀ। ਅੱਛਾ, ਖੱਟ ਪਰ ਤਾਂ ਆਏ। ਠੀਕ ਆ, ਤੇ ਭੋਗ ਪਿਆ ਜੀ ਅੱਜ। ਠੀਕ ਠੀਕ, ਹੁਣੇ ਵੇਲੇ ਹੋਏ ਜੋ ਠੱਡੀ ਧੀਰੀ ਵੀਰ ਜੀ। ਆ ਵੇਖੋ, ਆ ਵੇਖੋ, ਹੁਣੇ ਸੂਈ ਆ ਤਾਂ, ਹੁਣੇ ਸੂਈ ਆ, 1 ਘੰਟਾ ਆ ਸੂਈ ਨੂੰ ਬਸ। ਧਾਰਾ ਮਾਰ ਦੇ, ਧਾਰਾ ਮਾਰ ਵਈ ਆ। ਹਾਂ ਦੇਖ, ਸਾਡੇ ਬਿਲਕੁਲ ਹੁਣੇ ਸੂਈ ਜੀ। ਆ ਬਹੁਤ ਆ ਵੀਰ ਜੀ ਪੱਛੀ ਦਾ। ਹਾਂ ਵੇਖੋ, ਕਿੱਡਾ ਵਧੀਆ ਸੋਹਣਾ, ਕਿੱਡਾ ਵਧੀਆ। ਹਾਂ ਦੇਖ ਸਾਡੇ। ਠੀਕ ਆ, 1 ਮਿੰਟ ਥਣ ਦਿਖਾਈਏ। ਦਾ ਥਣ ਜਿਹੜਾ ਗਾਵਾਂ ਦੇ ਵਿੱਚ ਇਹੋ ਜਿਹਾ ਆਪਾਂ ਨੂੰ ਬੜਾ ਘੱਟ ਲੱਭਦਾ ਥਣ। ਵੇਖੋ ਵੀਰ ਜੀ, ਐਂ ਜਾਂ ਚ ਫੀਤਾ ਮਾਰ ਕੇ ਨਹੀਂ ਮਿਣੇ ਹੁੰਦੇ ਥਣ, ਪੂਰਾ ਆਇਆ ਇੱਕੋ ਜਿੱਡੇ ਓਡੇ, ਅਗਲੇ ਓਡੇ ਮਗਰਲੇ। ਤੇ ਜੇਰ ਇਹਦੀ ਪਈ ਜੇ? ਹਾਂਜੀ ਜੇਰ ਇਹਦੀ ਪਈ ਜੀ, ਆ ਵਿਖਾ ਦਿਓ ਵੀਰ ਜੀ ਜੇਰ। ਤੇ ਬੱਚਾ ਕੀ ਹੈ ਤੇ ਮਗਰ? ਵਰਸ਼ੀ ਜੇ ਵੀਰ ਜੀ, ਜਰਸੀ ਦੀ ਮਗਰ। ਚਲੋ ਬੈਠੀ ਰਹਿਣ ਦੋ, ਨਿੱਗੀ ਹੋ ਗਈ। ਆ ਵੇਖੋ ਵੀਰ ਜੀ, ਹਜੇ ਆ ਵੇਖੋ, ਅਜੇ ਤਾਂ ਲਹੂ ਵਾਲਾ ਨਾੜੂ ਹੈ ਜੀ, ਖੂਨ ਵਾਲਾ। ਸਿਆਣੇ ਕਹਿੰਦੇ ਨਹੀਂ ਆ, ਠੀਕ ਆ ਜੀ। ਤੇ ਇਹ ਵੀਰ ਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ? ਵੀਰ ਜੀ ਹੁਣ ਤੇ ਤੁਹਾਨੂੰ ਪਤਾ ਵੀ ਹਜੇ ਹੁਣੇ ਸੂਈ ਆ, ਹੁਣ ਤੇ ਧਾਰਾ ਧੂਰਾ ਦਈ ਆ, ਹਾਂਜੀ, ਤੇ ਦੁੱਧ ਤੁਹਾਨੂੰ ਪਤਾ ਤੀਜੇ ਦਿਨ ਸਾਫ਼ ਹੋਣੀ ਆ ਵਛੀ। ਹਾਂਜੀ ਹਾਂਜੀ, ਫਿਰ ਮਾਂ ਨਾ ਨੇ 12-13 ਕਿਲੋ ਚਵਾਈ ਜਾਣਾ। ਜਾ ਖੋਲੋ, ਜੋ ਜਿੰਨਾ ਥਣ ਭਾਂਡਾ ਲੱਗਾ ਵਛੀ। ਹਰੇ ਜੇਰੀ ਵੀਰ ਜੀ, ਉਹ ਪਈ ਆ ਥਾਣ ਥੂਣ ਵੀਰ ਜੀ, ਬਹੁਤ ਲੰਮਾ ਲੱਗਾ ਵਛੀ। ਬਾਕੀ ਥਾਣ ਭਾਂਡਾ ਵੇਖੋ ਵੀਰ ਜੀ, ਐਚ ਐਫ ਗਾਵਾਂ ਵਾਂਗੂ ਵੱਡੇ ਨਾਲ। ਹਜੇ ਬਿਲਕੁਲ ਹੁਣੇ ਸੂਈ ਆ ਥਾਣ, ਬਾਕੀ ਬੜਾ ਲਾਜਵਾਬ ਹੈ ਇਹਦਾ। ਲੈ ਜਾ ਵੀਰ ਜੀ, ਬਾਕੀ ਵੀਰ ਜੀ ਜਰਸੀ ਕ੍ਰੋਸ ਹੈ, ਇਹਨੂੰ ਕੋਈ ਪਰਵਾਹ ਨਹੀਂ, ਭਾਵੇਂ ਇੱਧਰਲੇ ਬੰਨੇ ਵਾਲੀ ਬਾਜੋ, ਜੰਜ ਮਰਜ਼ੀ ਠੰਡੀ ਸੀ ਲਿਆ ਵਛੀ। ਠੀਕ ਹੈ ਜੀ, ਜੰਜ ਮਰਜ਼ੀ ਵਛੀ ਥੱਲੇ ਬਗੀ ਉਹ। ਤੇ ਮੁੱਲ ਵੀਰ ਜੀ ਫਿਰ ਦੱਸੀਏ? ਮੁੱਲ ਤੇ ਵੀਰ ਜੀ 35,000 ਰੁਪਇਆ ਕਰਦੇ ਜੀ। 35,000 ਕਰੀਏ ਵਿੱਚ ਮਾਨਤਨ? ਮਾਨਤਨ 2,000 ਰੁਪਇਆ ਛੱਡ ਦਾਂਗੇ। 33,000 ਦੀ, ਹਾਂਜੀ, ਦੋ ਹੋਰ ਕਰ ਦਈਏ 31,000 ਦੀ। 31 ਦੀ ਕੀ ਹੋ ਗਿਆ ਜੀ? 2,000 ਰੁਪਇਆ ਹੋਰ ਵੀਰ ਜੀ ਛੱਡ ਦਾਂਗੇ। ਕਿੰਨੇ ਦੀ ਹੋ ਗਈ? 29 ਦੀ। ਦੋ ਹੋਰ ਛੱਡ ਦਈਏ ਫਿਰ 27,000 ਦੀ। 27 ਦੀ ਹੋ ਗਈ, ਚਲੋ 27 ਦੀ ਹੋ ਗਈ, 1,000 ਹੋਰ ਛੱਡ ਦਾਂਗੇ। ਅੱਛਾ, 26 ਦੀ ਦੇ ਦਾਂਗੇ ਪੂਰੇ ਦੀ।
ਅੱਜ ਤੁਸੀਂ ਆਪਣੀ ਮਰਜ਼ੀ ਰਹੇ ਕਰਨਾ, ਅੱਜ ਫਿਰ ਆਫਰ ਚ ਲਾਉਣੇ ਆ, ਅੱਜ ਆਫਰ ਲਾਉਣੇ ਆ, 26,000 ਦੀ ਦੇ ਦੋਗੇ, ਮਰਜ਼ੀ ਰਹੇ ਦੇ ਕਰਨਾ, ਠੀਕ ਆ, ਜੋ 26 ਦੀ ਮੁੰਡੇ ਨੇ ਕਹਿੰਦਾ 26 ਦੀ 26 ਦੀ ਦੇ ਦਾਂਗੇ, 26,000 ਦਿੱਤਾ ਜੀ, ਸੋਈ ਦੇ ਦੋਗੇ, ਇਹਦਾ ਮਾਣ ਕਰਾਂਗੇ ਹੋਰ, ਅੱਛਾ, ਜਿੰਨੀ ਸ਼ੋਰ ਛੱਪਾ ਹੋਊਗਾ ਕਰਾਂਗੇ ਜਿੰਨੇ ਜੋਗੇ ਹੋਣਾ, ਠੀਕ ਆ ਜੀ, ਕੋਈ ਥਾਣਾ ਤੋਂ ਵੀ ਅੰਦਾਜ਼ਾ ਲਾ ਹੀ ਲਵੇ ਦੁੱਧ ਵਾਲੀ ਵਛੀ ਆ, ਠੀਕ ਆ ਜੀ, ਹਾਂਜੀ ਹਾਂਜੀ, ਠੀਕ ਆ, ਤੇ ਹੁਣ ਇੱਕ ਹੋਰ ਗੱਬਣ ਹੈ ਜਿਹੜੇ ਕੱਦ ਕਾਠ ਤੇ ਚੰਗਾ ਉਤਰਾ, ਥੋੜੀ ਇੱਕ ਸਾਂਭੀ ਘੱਟ ਆ, ਸਰੀਰ ਥੋੜੀ ਇੱਕ ਦੁਖੀ ਆ, ਉਤਰਾ ਜਿਹੜੀ ਆ ਕੱਦ ਕਾਠ ਦੀ ਜਿਹੜੀ ਚੰਗੀ ਆ, ਖਾਣ ਥੁਣ ਬਹੁਤ, ਇਹ ਵੀ ਸੀਲ ਠੰਡੀ ਆ, ਇਹ ਕਿੰਨੇ ਕੁ ਦੁੱਧ ਵਾਲੀ ਜੇ, ਇਹ ਵਾਰੀ ਚਵਾਈ ਜਾਊਗੀ 12 ਕਿਲੋ ਦੁੱਧ ਰਮਾਨ ਦੇ ਨਾਲ, ਕੋਈ ਚੰਗਾ ਵੀਰ ਸੇਵਾ ਕਰੂਗਾ ਵੱਧ ਵੀ ਚਵਾ ਸਕਦੀ, ਹਾਈ ਟੂ ਹਿੱਟ ਵਿੱਚ ਹੀ ਬਹੁਤ ਕੱਦ ਕਾਠ ਦੀ ਜਿਹੜੀ ਚੰਗੀ ਆ, ਲਿਆ ਖੁੱਲ ਤੋਰ ਦੀ, ਪਤਾ ਅੱਜ ਕੱਲ ਤੇ ਜਿੱਡੀ ਵਛੀ ਦਾ ਕੱਦ ਕਾਠ ਹੈ, ਕਾਂਜ ਵਛੀਆਂ ਦਾ 30,000 ਰੁਪਇਆ ਵੀਰ ਮੰਗਦੇ ਆ, ਹਾਂਜੀ ਹਾਂਜੀ ਹਾਂਜੀ, ਤੇ ਕਾਂਜ ਵਛੀ ਆਪਾਂ ਤਿਆਰ ਕਰਨ ਲੱਗ ਪਈਏ ਤੇ ਕਿੱਥੇ ਕੰਮ ਜਾਂਦਾ, ਹਾਂਜੀ ਹਾਂਜੀ, ਖਰਚਾ ਕਿੰਨਾ ਆ ਜਾਂਦਾ, ਕੱਦ ਕਾਠ ਤੇ ਜਿਹੜਾ ਪੂਰਾ ਚੰਗਾ ਵਾ ਜਿਹੜਾ ਇਹਦਾ, ਛੋਟੀ ਵੈਣ, ਹਾਂ ਦੇਖ ਸਕਦੇ ਬੇਲ ਵੀ ਪੂਰੀ ਆ, ਚਲੋ ਲੈ ਗੱਬਣ ਆ, ਜੇ ਕੋਈ ਹਫਤਾ ਖੜਦੀ ਆ ਸੂਨ ਚ, ਬਾਕੀ ਹਲੇ ਵੀ ਜਾ ਕੇ ਕੋਈ ਟ੍ਰਾਂਜੈਕਸ਼ਨ ਦੀ ਬੋਰੀ ਇਹਨੂੰ ਪਾ ਦੂਗਾ ਤੇ ਇਹਨੇ ਕਾਇਮ ਹੋ ਜਾਣਾ ਪੂਰੀ, ਵਿੱਚ ਦੋ ਮਨ ਕਰਦੀ ਹੈ 23 ਦੀ ਜਾਂਦੀ ਹੈ, ਆਪਣੀ ਖੁਸ਼ੀ ਨਾ ਕਰ ਦੋ ਕੋਈ ਮਾਨਤਾ, ਤੁਸੀਂ 19,000 ਤੁਸੀਂ ਵੀ ਛੱਡ ਦੋਗੇ, 19,000 ਦੀ ਦੇ ਦੇਣਗੇ, ਚੱਡਾ ਚੁੱਡਾ ਪੂਰਾ ਭਰਨਾ, ਢੱਲਾ ਢੱਲਾ ਬਹੁਤ ਆ, ਚੰਡੇ ਚਾਹ ਵੇਖੋ ਖਾਣਾ ਵੀ, ਮਿੱਠੀ ਮੁੱਠੀ ਬਹੁਤ ਆ, ਢੱਲਾ ਢੱਲਾ ਜਦੋਂ ਪੂਰੀ ਐ ਭਰ ਗਈ ਕਰ ਮਾਨ ਨਾ ਵੀਰ ਜੀ, ਇਹਨੇ ਆਪਾਂ ਅੰਦਾਜ਼ੇ ਨਾਲ 12-13 ਕਿਲੋ ਵਛੀ ਦੁੱਧ ਵੱਧ ਵੀ ਚਵਾ ਸਕਦੀ ਹੈ, ਬੜੇ ਬੜੇ ਵੀਰ ਭਰਾ ਸੇਵਾ ਵਾਲੇ ਬੈਠੇ ਆ, ਹਾਂਜੀ ਹਾਂਜੀ ਹਾਂਜੀ, ਠੀਕ ਹੈ, ਤੇ 19,000 ਦੀ ਇਹ ਦੇ ਦਿਓਗੇ, ਹਾਂਜੀ ਹਾਂਜੀ ਹਾਂਜੀ, ਤੇ ਹੁਣ ਇੱਕ ਹੋਰ ਸੂਈ ਸਵਾਈ ਜਿਹੜੀ, ਹਾਂਜੀ ਤਾਜ਼ੀ ਸੂਈ ਐਂਡ ਤੇ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਹੈ, ਆ ਥਾਣੇ ਦੇ ਵੀ ਲੱਗੇ ਤਾਂ ਦੇਖ ਸਕਦੇ ਜੇ, ਇਹਦੇ ਮਗਰ ਬੱਚਾ ਕੀ ਜੇ, ਵਛੀ ਜੇ ਵੀਰ ਜੀ, ਇਹਦੇ ਮਗਰ ਵਛੀ ਆ, ਆ ਦੇਖ ਸਕਦੇ ਵੀ ਤਾਜ਼ੀ ਸੂਈ ਹੈ, ਨਾੜੂ ਜਿਹੜਾ ਬਿਲਕੁਲ ਨਾਲ ਹੀ ਆ, ਵਛੀ ਜੇ ਮਗਰ ਵਛੀ ਬਹੁਤ ਬਰੀਡ ਚ ਜੇ, ਇਹਨੂੰ ਕਿੰਨੇ ਦਿਨ ਹੋਏ ਵੀਰ ਜੀ ਸੂਈ ਨੂੰ, ਇਹਨੂੰ ਵੀਰ ਜੀ 6 ਦਿਨ ਹੋ ਗਏ ਸੂਈ ਨੂੰ, 6 ਦਿਨ ਹੋ ਗਏ ਸੂਈ ਨੂੰ, ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਹੁਣ ਵੀਰ ਜੀ, ਇਹਦੇ ਕੋ 16 ਕਿਲੋ ਹੋਊਗਾ, ਪਰ ਆਪਾਂ 15 ਕਿਲੋ ਕਰਕੇ ਦੇਣਾ ਵਿੱਚ, ਅੱਛਾ 15 ਕਿਲੋ ਚਵਾ ਦੋਗੇ, 15 ਕਿਲੋ ਚਵਾ ਕੇ ਕੰਡੇ ਤੇ ਚਾੜ ਕੇ ਦਾਂਗੇ ਵੀਰ ਜੀ, ਲਿਆ ਫਿਰ ਤੋਰ ਦੀ ਇਹਨਾਂ, ਉਹ ਤਰੇ ਕਿੰਨਾ ਦੁੱਧ ਚਵਾਈ ਜਾਓਗੇ, ਇਹ ਵੀਰ ਜੀ 20 ਕਿਲੋ ਇਹਨੇ ਰਮਾਨ ਨਾ ਕਰ ਜਾਣਾ ਜੇ ਮੈਲਾ ਮੂਲਾ ਮਾਸਾ ਨਹੀਂ ਵਛੀ ਨੇ ਮਾਰਿਆ, ਅੱਛਾ ਜਦੋਂ ਮੈਲਾ ਮੂਲਾ ਤੁਹਾਨੂੰ ਪਤਾ ਦਹੀਂ ਬਾਰੀ ਦੀ ਨਹੀਂ ਮਾਰੂਗੀ ਨਾ, ਠੀਕ ਹੈ ਜੀ, ਖੁੱਲ ਜੂਗੀ ਵਛੀ ਤੇ ਤੁਹਾਨੂੰ ਪਤਾ ਰਮਾਨ ਦੇ ਨਾਲ ਇਹਨੇ 20-22 ਕਿਲੋ ਦੁੱਧ ਚਵਾਈ ਜਾਣਾ, ਬਾਕੀ ਮਗਰ ਵੀ ਇਹਦੇ ਵਛੀ ਆ, ਦੁੱਧ 15 ਲੀਟਰ ਮੌਕੇ ਤੇ ਤਿਆਰ ਹੈ ਇਹਦੇ ਕੋਲ, ਤੇ 20 ਲੀਟਰ ਇਹ ਵੀ ਜਿਹੜਾ ਕਿੰਨੇ ਚਵਾਈ ਜਾਊ, ਬਾਕੀ ਉਤਰਾ ਕਾਇਮ ਆ ਪੂਰੀ ਜਾਨ ਚ ਆ, ਕਿੱਧਰ ਜਾਏ ਆ ਦੇਖ ਸਕਦੇ ਜੀ, ਦੰਦ ਹੁੰਦੇ ਜਿਹੜੇ ਇਹਦੇ ਪੂਰੇ ਕਾਇਮ ਆ, ਚਲੋ ਲੈ ਜਾ, ਦੁੱਧ ਲੱਸੀ ਆ ਵੀਰ ਜੀ,
ਬਾਕੀ ਸੂਆ ਤਾਂ ਦੂਜਾ ਹੀ ਜੇ ਕੱਦ ਕਾਠ ਪੱਖੋਂ ਇਹ ਵੀ ਉੱਚੀ ਆ ਇਹਦਾ ਵੀਰ ਜੀ ਜਾਇਜ਼ ਜਿਹਾ ਮੁੱਲ ਕਰ ਦਿਓ ਆਪਣੀ ਮਰਜ਼ੀ ਨਾਲ ਖੁਸ਼ੀ ਨਾਲ ਵੀਰ ਜੀ ਜਿੰਨੀ ਹਾਈਟ ਹੈ ਨਾ ਵਛੀ ਦੀ ਹਾਂਜੀ ਇੱਕ ਟਾਬੀ ਵਿੱਚ ਹੁੰਦਾ ਨਾ ਹਾਂਜੀ ਮੱਛੀ ਨੇ 80,000 ਰੁਪਏ ਮੁੱਲ ਕਰਾਉਣਾ ਹੈ ਅੱਛਾ ਜਿੰਨੀ ਹਾਈਟ ਆ ਤੇ ਹੁਣ ਕਿੰਨਾ ਕਿੰਨਾ ਕਰ ਦੇਣਾ ਹੈ ਤੁਸੀਂ ਹੁਣ ਮੈਂ ਦੇਣਾ 45,000 ਰੁਪਏ ਕਰ ਦਈਏ 45,000 ਹਾਂਜੀ ਮੁੱਲ ਤੇ 48 ਕਰਦੇ 45 ਦੇ ਦਾਂਗੇ ਕਰਨਾ ਵਿੱਚ ਮਾਨਤਾ ਨਹੀਂ ਜਾਂ ਸੁਣੋਈ ਇਹ ਵੀ ਕਰ ਦਈਏ ਬਿਲਕੁਲ ਆਪਣੀ ਖੁਸ਼ੀ ਨਾਲ ਮਰਜ਼ੀ ਨਾਲ ਕਰ ਦੋ ਕਿੰਨੇ ਦੀ ਕਰਨੀ ਜੇ ਚਲੋ 2,000 ਰੁਪਏ ਛੱਡ ਦਾਂਗੇ 43 ਦੀ ਦੇ ਦਾਂ 2 ਹੀ ਛੱਡਣਾ ਜੇ ਬਸ ਚਲੋ ਹੁਣ ਤੁਸੀਂ ਛੱਡਾ ਲਓ ਜਿੰਨੇ ਤੁਸੀਂ ਛੱਡਾ ਲਓ ਜਿਹੜਾ ਤੁਸੀਂ ਦੱਸੋ ਪ੍ਰੇਮ ਸਿੰਘ ਜੀ ਤੁਸੀਂ ਦੱਸੋ ਫਿਰ ਨਹੀਂ ਦੱਸੋ ਤੁਸੀਂ ਭਲਾ ਤੁਸੀਂ ਪ੍ਰੇਮ ਜੀ ਨਾਲ ਮੁੱਲ ਕਰ ਦੋ ਨਹੀਂ ਜਾ ਜਾ ਦੱਸੋ ਤੁਸੀਂ ਜਰਾ ਕਿੰਨਾ 1000 ਛੱਡ ਦਈਏ ਫਿਰ 41,000 ਦੀ ਕਿ ਪੂਰੀ 40 ਦੀ ਕਰ ਦੋ ਫਿਰ ਐਵੇਂ ਕਿਸੇ ਨੂੰ ਭੁਲੇਖਾ ਪਊਗਾ ਬਾਕੀ ਵੀਰ ਜੀ ਜਿੰਨਾ ਦੁੱਧ ਹੈ ਨਾ ਵਸੀ ਕੋ ਆਪਾਂ ਬਿਲਕੁਲ ਜਾਇਜ਼ ਕੀਤਾ ਜੀ ਠੀਕ ਹੈ ਬਾਹਰੋਂ ਨਹੀਂ ਮਾਰ ਬਾਹਰ ਨਹੀਂ ਜੇ ਮਿਲਣੀ ਹੈਗੀ ਇਹ ਹੁਣ ਜਿਹੜਾ ਮੌਕੇ ਤੇ ਚਵਾ ਕੇ ਦੋਗੇ ਹਾਂਜੀ ਰਾਤੀ ਮੈਂ ਮਾਲ ਲਿਆ ਵਾ ਬਾਹਰੋਂ ਅੱਛਾ ਮੇਰੇ ਕੋ ਧੁੰਦ ਕਰਕੇ ਜਾਇਆ ਨਹੀਂ ਗਿਆ ਕੋ ਗੁਰਦੁਆਰੇ ਪ੍ਰੋਗਰਾਮ ਹੀ ਠੀਕ ਹੈ ਪਰ ਅਸੀਂ ਬਾਕੀ ਵੀਰ ਜੀ ਇਹ ਵਸੀ ਦੀ ਬੋਦੀ ਬਾਦੀ ਬਹੁਤ ਹੈ ਬਰੀਡ ਚ ਹੈ ਵਸੀ ਠੀਕ ਹੈ ਬਸ ਇਹੋ ਵੀ ਹੁਣ ਤੁਹਾਨੂੰ ਪਤਾ ਸੂਪੀ ਹੁਣ ਤੁਹਾਨੂੰ ਪਤਾ ਜਿੰਨੀ ਕੋਈ ਵੀਰ ਸੇਵਾ ਕਰੀ ਜਾਊਗਾ ਦੁੱਧ ਚੋਈ ਜਾਊਗਾ ਹਾਂਜੀ ਹਾਂਜੀ ਬਾਕੀ ਵੀਰ ਜੀ ਚਵਾ ਚੂ ਬਹੁਤ ਪੋਲਾ ਠੰਡੀ ਧੀਰੀ ਆ ਮਗਰ ਵੱਛੀ ਚੰਗੀ ਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।